ਕਿਉਂਕਿ ਪਹਿਲਾਂ MLA ਹੁਣ ਮੰਤਰੀ, ਪਹਿਲੀ ਵਾਰੀ MLA ਬਣਨਾ ਔਰ ਪਹਿਲੀ ਵਾਰ 'ਚ ਹੀ ਮੰਤਰੀ ਬਣਨਾ ਆਪਣੇ ਆਪ 'ਚ ਹੀ ਇੱਕ ਦੇਖਣ ਵਾਲੀ ਚੀਜ਼ ਹੁੰਦੀ ਹੈ। ਔਰ ਇਸ ਚੀਜ਼ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਮੇਰੇ ਨਾਲ ਮੌਜੂਦ ਹੈਗੇ ਨੇ, ਸਭ ਤੋਂ ਪਹਿਲਾਂ ਹਰਦੀਪ ਸਿੰਘ ਮੁੰਡੀਆਂ ਦੇ ਜਿਹੜੀ ਵਾਈਫ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਮੈਮ, ਕਿਹੋ ਜਿਹਾ ਲੱਗ ਰਿਹਾ ਕਿਉਂਕਿ ਪਹਿਲਾਂ MLA ਹੁਣ ਮੰਤਰੀ ਬਣਨ ਜਾ ਰਹੇ ਨੇ, ਔਰ ਲੱਗਦਾ ਵਾ ਕਿ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਔਰ ਪਰਿਵਾਰ ਕਿੰਨਾ ਕੁ ਖੁਸ਼ ਹੈ ਇਸ ਵੇਲੇ ਕਿਉਂਕਿ MLA ਬਣ ਕੇ ਤਾਂ ਚਲੋ ਇੱਕ ਜਿੱਤ ਹਾਸਿਲ ਕੀਤੀ ਅਤੇ ਹੁਣ ਮੰਤਰੀ। ਹਾਂਜੀ, ਬਹੁਤ ਖੁਸ਼ੀ ਹੈ ਸਾਨੂੰ ਕਿ ਪਾਰਟੀ ਨੇ ਇਹਨਾਂ ਦੀ ਸੇਵਾ ਨੂੰ ਦੇਖ ਕੇ ਪਾਰਟੀ ਨੇ ਇੱਕ ਦੁਬਾਰਾ ਮੌਕਾ ਦਿੱਤਾ ਹੈ, ਅਤੇ ਮੈਂ ਧੰਨਵਾਦ ਕਰਦੀ ਹਾਂ ਮਾਨ ਸਾਹਿਬ ਜੀ ਦਾ ਔਰ ਕੇਜਰੀਵਾਲ ਸਾਹਿਬ ਜੀ ਦਾ ਔਰ ਪਾਰਟੀ ਦੇ ਸਭ ਵਰਕਰਾਂ ਦਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਸ਼ੁਕਰ ਕੀਤਾ ਹੈ ਕਿ ਇੱਕ ਸੇਵਾ ਦੁਬਾਰਾ ਬਖਸ਼ੀ ਹੈ। ਅੱਛਾ, ਇੱਕ ਜਦੋਂ ਦੇ MLA ਬਣੇ ਨੇ ਹਰਦੀਪ ਸਿੰਘ ਮੁੰਡੀਆ, ਫੈਮਿਲੀ ਨੂੰ ਟਾਈਮ ਦੇ ਪਾਉਂਦੇ ਨੇ, ਫੈਮਿਲੀ ਨੂੰ ਮਿਲ ਪਾਉਂਦੇ ਨੇ? ਫੈਮਿਲੀ ਨੂੰ ਟਾਈਮ ਨਹੀਂ ਦੇ ਪਾ ਰਹੇ। ਚਲੋ, ਬਾਬਾ ਜੀ ਨੇ ਸੇਵਾ ਦਿੱਤੀ ਹੈ ਔਰ ਉਹ ਸੇਵਾ ਉਹਨਾਂ ਨੇ ਕਰਾਉਣੀ ਹੈ, ਅਤੇ ਉਹ ਸੇਵਾ ਕਰਾਉਣ ਜਿੱਦਾਂ ਵੀ, ਮੈਨੂੰ ਇਹੀ ਗੱਲ ਦੀ ਖੁਸ਼ੀ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਵਾਈਫ ਹੈਗੀ ਔਰ ਖੁਸ਼ ਨੇ ਔਰ ਧੰਨਵਾਦ ਕਰ ਰਹੇ ਨੇ। ਜਿੱਥੇ ਪਰਮਪਿਤਾ ਦਾ ਧੰਨਵਾਦ ਕੀਤਾ ਜਾ ਰਿਹਾ, ਉੱਥੇ ਪਾਰਟੀ ਦਾ ਵੀ ਧੰਨਵਾਦ ਕਰ ਰਹੇ ਨੇ, ਕਿਉਂਕਿ ਪਾਰਟੀ ਨੇ ਕਿਤੇ ਨਾ ਕਿਤੇ ਪਹਿਲਾਂ MLA ਬਣਾਇਆ ਤਾਂ ਹੁਣ ਮੰਤਰੀ ਬਣਾਇਆ ਉੱਥੇ ਹੀ। ਦੂਜੇ ਪਾਸੇ ਹਰਦੀਪ ਸਿੰਘ ਮੁੰਡੀਆ ਦੇ ਜਿਹੜੇ ਮਾਤਾ ਜੀ ਹੈ ਉਹ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ। ਮਾਤਾ ਜੀ, ਇੱਕ ਮਾਂ ਲਈ ਕਹਿੰਦੇ ਬੜਾ ਫਖਰ ਹੁੰਦਾ ਵਾ ਜਦੋਂ ਪੁੱਤ ਤਰੱਕੀ ਪਾਉਂਦਾ ਵਾ, ਪਹਿਲਾਂ MLA ਬਣੇ ਹੁਣ ਮੰਤਰੀ, ਕਿਹੋ ਜਿਹਾ ਲੱਗ ਰਿਹਾ? ਮੈਨੂੰ ਬਹੁਤ ਵਧੀਆ ਲੱਗ ਰਿਹਾ ਜਿਹਲੇ ਸੁਣਿਆ ਇਹ ਗੱਲ ਵੀ ਮੰਤਰੀ ਬਣਨ ਜਾ ਰਹੇ ਆ। ਉਸਲੇ ਤਾਂ ਕਿਸੇ ਨੂੰ ਬਿਆਨ ਹੀ ਨਹੀਂ ਕਰ ਸਕਦੀ ਮੈਂ ਵੀ ਸਾਨੂੰ ਕਿੰਨੀ ਕੁ ਖੁਸ਼ੀ ਹੋਈ ਹੈ। ਉਹ ਟੱਬਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ। ਮੈਂ ਤੁਹਾਡੀਆਂ ਅੱਖਾਂ ਦੇਖ ਪਾ ਰਿਹਾ, ਨਮ ਹੋਈ ਹੋਈਆਂ ਥੋੜ੍ਹੀ ਜਿਹੀਆਂ, ਇਹ ਕਹਿ ਸਕਦੇ ਕਿ ਖੁਸ਼ੀ ਦੇ ਆਂਸੂ ਆ ਜਿਹੜੇ ਕਿ ਅੱਜ ਛਲਕ ਰਹੇ ਨੇ? ਹਾਂ, ਖੁਸ਼ੀ ਦੇ ਵਿੱਚ ਇਹ ਆਂਸੂ ਆ ਜਾਂਦੇ ਆ, ਬਹੁਤ ਖੁਸ਼ੀ ਹੈ। ਅਤੇ ਇੱਕ ਮਾਂ ਲਈ ਇਸ ਲਈ ਫਖਰ ਕਿੱਦਾਂ ਵਾ, ਮਤਲਬ ਕਿੱਦਾਂ ਲੱਗ ਰਿਹਾ? ਕਿਉਂਕਿ ਬੜੇ ਜਾਣੇ ਆ ਰਹੇ ਹੋਣੇ, ਮੁਹੱਲੇ ਵਾਲੇ ਬੜੇ ਜਾਣੇ ਆ ਗਏ ਹੁਣ ਵਧਾਈਆਂ ਦੇਣ ਵਾਸਤੇ ਆ ਰਹੇ ਹੋਣੇ? ਹਾਂਜੀ ਹਾਂਜੀ, ਬਹੁਤ ਬੁੱਢੀਆਂ ਵੀ ਆਦਮੀ ਵੀ ਵਧਾਈਆਂ ਦੇਣ, ਰਿਸ਼ਤੇਦਾਰਾਂ ਦੇ ਅਜੇ ਤਾਂ ਦੂਰ ਹੈ, ਫੋਨ ਹੀ ਆਏ ਆ। ਹਰਦੀਪ ਸਿੰਘ ਮੁੰਡੀਆਂ ਦੀ ਬੇਟੀ ਮੇਰੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ। ਬੇਟਾ, ਕਿਹੋ ਜਿਹਾ ਲੱਗ ਰਿਹਾ, ਕੀ ਲੱਗ ਰਿਹਾ? ਕਿਉਂਕਿ ਇੱਕ ਇੱਕ ਬੇਟੀ ਵਾਸਤੇ ਇੱਕ ਪਿਤਾ ਬਹੁਤ ਅਹਿਮ ਹੁੰਦਾ ਵਾ, ਔਰ ਖਾਸ ਤੌਰ 'ਤੇ ਜਦੋਂ MLA ਦੀ ਬੇਟੀ ਹੋਵੇ ਤਾਂ ਕਹਿੰਦੇ ਥੋੜ੍ਹਾ ਮਾਣ ਵੀ ਹੁੰਦਾ ਵਾ, ਤੁਹਾਨੂੰ ਇੱਦਾਂ ਦਾ ਕੁਛ? ਮੈਨੂੰ ਬਹੁਤ ਖੁਸ਼ੀ ਆ। ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਕੇਜਰੀਵਾਲ ਮਾਨ ਸਾਹਿਬ ਦਾ, ਕਿ ਉਹਨਾਂ ਨੇ ਸਾਨੂੰ ਪਾਪਾ ਨੂੰ ਦੁਬਾਰਾ ਇੱਕ ਮੌਕਾ ਦਿੱਤਾ, ਉਹਨਾਂ ਨੂੰ ਕਾਬਿਲ ਸਮਝਿਆ, ਅਤੇ ਸਾਰੀ ਪਾਰਟੀ ਆਮ ਆਦਮੀ ਪਾਰਟੀ ਦਾ। ਮੈਂ ਬਹੁਤ ਖੁਸ਼ ਹਾਂ, ਸਾਡੇ ਘਰ ਬਹੁਤ ਖੁਸ਼ੀ ਦੁਬਾਰਾ ਇੱਕ ਵਾਰੀ ਫੇਰ ਆ ਗਈ, ਮੈਨੂੰ ਬਹੁਤ ਖੁਸ਼ੀ ਹੈ। ਅੱਛਾ ਬੇਟਾ, ਪਾਪਾ ਜਦੋਂ ਦੇ MLA ਬਣੇ ਨੇ, ਉਸ ਤੋਂ ਬਾਅਦ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਰਿਹਾ? ਪਾਪਾ ਨੇ ਕਦੀ ਮਤਲਬ ਕਿ ਫੈਮਿਲੀ ਨਾਲ ਸਮੇਂ ਬਿਤਾਇਆ, ਟਾਈਮ ਦਿੱਤਾ? ਲੱਗਦਾ ਕਿ ਹੁਣ ਮੰਤਰੀ ਬਣਨ ਜਾ ਰਹੇ ਨੇ, ਉਸ ਤੋਂ ਬਾਅਦ ਵੀ ਉਹ ਘਰ ਦੇ ਵਿੱਚ ਰਹਿਣਗੇ? ਹਾਂਜੀ, ਪਹਿਲਾਂ MLA ਬਣੇ, ਫਿਰ ਭਗਵੰਤ ਮਾਨ ਸਾਹਿਬ ਜੀ ਨੇ ਉਹਨਾਂ ਨੂੰ ਛੱਤੀਸਗੜ੍ਹ, ਫਿਰ ਉਨੇ ਔਰ ਗੁਜਰਾਤ ਵੀ ਕਾਫੀ ਥਾਵਾਂ 'ਤੇ ਉਹਨਾਂ ਨੂੰ ਇੱਕ ਵਾਰੀ ਭੇਜਿਆ, ਠੀਕ ਹੈ, ਬਟ ਉਹਨਾਂ ਨੇ ਮਤਲਬ ਕਾਬਿਲ ਸਮਝਿਆ ਅਤੇ ਉਹਨਾਂ ਨੇ ਉੱਥੇ ਵੀ ਸੇਵਾ ਕੀਤੀ। ਹਾਂਜੀ, ਮੈਂ ਇਹ ਕਹੂੰਗੀ ਕਿ ਹੁਣ ਜਦੋਂ ਮੰਤਰੀ ਬਣ ਜਾਣਗੇ ਅਤੇ ਚਲੋ ਫੈਮਿਲੀ ਨਾਲ ਤਾਂ ਬਾਅਦ 'ਚੋਂ ਟਾਈਮ ਸਪੈਂਡ ਹੁੰਦਾ, ਬਟ ਜਿਹੜੀ ਬਾਬਾ ਜੀ ਨੇ ਸੇਵਾ ਦਿੱਤੀ ਹੈ ਉਹ ਪਹਿਲਾਂ ਕਰਨੀ ਚਾਹੀਦੀ ਹੈ ਫੈਮਿਲੀ ਦਾ, ਇਟਸ ਓਕੇ, ਕੋਈ ਗੱਲ ਨਹੀਂ।